ਸਤਿ ਸ਼੍ਰੀ ਅਕਾਲ ਜੀ ਵਰਲਡ ਇਮੀਗ੍ਰੇਸ਼ਨ ਤੋਂ ਮੈਂ ਰਾਜੂ ਤੇ ਜਿੱਦਾਂ ਕਿ ਤੁਹਾਨੂੰ ਪਤਾ ਹਰ ਵਾਰ ਆਪਾਂ ਤੁਹਾਡੇ ਸਾਹਮਣੇ ਕੁਝ ਨਵਾਂ ਅਪਡੇਟਸ ਲੈ ਕੇ ਆਉਂਦੇ ਹਾਂ ਵੀਜ਼ਾ ਨੂੰ ਲੈ ਕੇ ਖਾਸ ਤੌਰ ਸਟੱਡੀ ਵੀਜ਼ਾ ਨੂੰ ਤਾਂ ਸੇਮ ਸਭ ਤੋਂ ਪਹਿਲਾਂ ਮੈਂ ਇਨਵੀਟੇਸ਼ਨ ਮੈਸੇਜ ਦੇਣਾ ਚਾਹੂੰਗੀ ਸਟੂਡੈਂਟਸ ਨੂੰ ਜਿਹੜੇ ਆਸਟ੍ਰੇਲੀਆ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਨੇ ਕਿਉਂਕਿ ਇਸ ਟਾਈਮ ਤੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਵੀਜ਼ਾ ਦਾ ਸਕਸੈਸ ਰੇਟ ਹੈਗਾ ਸਭ ਤੋਂ ਵੱਧ ਹੈਗਾ ਔਰ ਜਿਹੜੇ ਬੱਚਿਆਂ ਦਾ ਗੈਪ ਹੈਗਾ ਉਹ ਵੀ ਆਸਟ੍ਰੇਲੀਆ ਅਪਲਾਈ ਕਰ ਸਕਦੇ ਨੇ ਚਾਹੇ ਉਹ ਨਿਊਲੀ ਮੈਰਿਡ ਹੀ ਕਿਉਂ ਨਾ ਹੋਣ ਤਾਂ ਸਭ ਤੋਂ ਪਹਿਲਾਂ ਕੰਗ੍ਰੈਚੁਲੇਸ਼ਨ ਕਰੂੰਗੀ ਸਿਮਰਨ ਨੂੰ ਜਿਨ੍ਹਾਂ ਦਾ ਕਿ 2008 ਪਾਸ ਆਊਟ ਨੇ ਜੀਐਨਐਮ ਕਰੀ ਹੋਈ ਹੈ ਉਸ ਤੋਂ ਬਾਅਦ ਐਜ਼ ਅ ਸਟਾਫ ਨਰਸ ਇਹਨਾਂ ਦਾ ਵਰਕ ਐਕਸਪੀਰੀਅੰਸ ਵੀ ਔਰ ਇਹਨਾਂ ਦਾ ਜਿਹੜਾ ਅੱਜ ਵੀਜ਼ਾ ਆਇਆ ਆਸਟ੍ਰੇਲੀਆ ਦਾ ਤਾਂ ਸਭ ਤੋਂ ਪਹਿਲਾਂ ਕੰਗ੍ਰੈਚੁਲੇਸ਼ਨ ਕਰੂੰਗੀ ਸਿਮਰਨ ਕੰਗ੍ਰੈਚੁਲੇਸ਼ਨ ਥੈਂਕ ਯੂ ਮੈਮ ਥੈਂਕ ਯੂ ਦਾ ਐਕਸਪੀਰੀਅੰਸ ਜ਼ਿਆਦਾ ਦਾ ਆਪਣਾ ਕੰਪਨੀ ਨਾਲ ਅੱਜ ਮੈਂ ਬਹੁਤ ਖੁਸ਼ ਹਾਂ ਮੇਰਾ ਨਾਮ ਪਹਿਲਾਂ ਦੱਸਣਾ ਚਾਹੀ ਸਿਮਰਨ ਧਾਲੀਵਾਲ ਤੇ ਮੈਂ ਨਰਸਿੰਗ 2008 ਵਿੱਚ ਕੰਪਲੀਟ ਕੀਤੀ ਸੀ ਉਸ ਤੋਂ ਬਾਅਦ ਮੈਂ ਕਾਫੀ ਟਰਾਈ ਕੀਤਾ ਕਿ ਮੈਂ ਬਾਹਰ ਜਾਣਾ ਬਟ ਮੇਰਾ ਨਹੀਂ ਬਣੇ ਉਸ ਤੋਂ ਬਾਅਦ ਮੈਂ ਮੈਮ ਇਹਨਾਂ ਨੂੰ ਮਿਲੀ ਤੇ ਫਾਈਨਲੀ ਮੇਰਾ ਅੱਜ ਵੀਜ਼ਾ ਮੈਨੂੰ ਮਿਲ ਗਿਆ ਸੋ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਥੈਂਕ ਯੂ ਮੈਮ ਬਿਲਕੁਲ ਜੀ ਤੁਸੀਂ ਵੀ ਅਗਰ ਆਪਣਾ ਆਸਟ੍ਰੇਲੀਆ ਕੈਨੇਡਾ ਜਾਂ ਯੂਕੇ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰੀ ਆਫਿਸ ਦੇ ਵਿੱਚ ਜ਼ਰੂਰ ਵਿਜ਼ਿਟ ਕਰੋ ਧੰਨਵਾਦ